ਜੇ ਅਸੀਂ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਕਰੀਏ ਤਾਂ ਜਾਨੀ ਅਤੇ ਬੀ ਪ੍ਰਾਗ ਦੀ ਟੈਲੈਂਟਡ ਜੋੜੀ ਤਾਂ ਹੁਣ ਤੱਕ ਕਈ ਸਾਰੇ ਹਿੱਟ ਟਰੈਕਸ ਡਿਲੀਵਰ ਕਰ ਚੁੱਕੀ ਹੈ ਅਤੇ ਹਾਲ ਹੀ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਹੋਰ ਹਿੱਟ ਸੌਂਗ ਬੇਸ਼ਰਮ ਬੇਵਫਾ ਆਪਣੇ ਫੈਨਸ ਦੇ ਲਈ ਰਿਲੀਜ਼ ਕੀਤਾ ਹੈ ਜਦੋਂ ਦਾ ਇਹ ਸੌਂਗ ਰਿਲੀਜ਼ ਹੋਇਆ ਹੈ ਉਦੋਂ ਦਾ ਹੀ ਇਹ ਸੌਂਗ ਟ੍ਰੈਂਡਿੰਗ ਲਿਸਟ ਦੇ ਵਿੱਚ ਬਣਿਆ ਹੋਇਆ ਹੈ ਅਤੇ ਜੇਕਰ ਅਸੀਂ ਇਸ ਸੌਂਗ ਦੇ ਟ੍ਰੈਂਡਿੰਗ ਹੋਣ ਦੀ ਗੱਲ ਕਰੀਏ ਤਾਂ ਸਾਨੂੰ ਤਾਂ ਇਹ ਲੱਗਦਾ ਹੈ ਕਿ ਇਸ ਸੌਂਗ ਦਾ ਟ੍ਰੈਂਡਿੰਗ ਹੋਣ ਦੇ ਪਿੱਛੇ ਇੱਕ ਹੋਰ ਵੱਡਾ ਰੀਜ਼ਨ ਹੈ ਉਹ ਹੈ ਇਸ ਸੌਂਗ ਦੀ ਲੀਡ ਐਕਟ੍ਰੈਸ ਦਿਵਿਆ ਖੋਸਲਾ ਕੁਮਾਰ ਦਿਵਿਆ ਖੋਸਲਾ ਕੁਮਾਰ ਜੋ ਕਿ ਆਪਣੀ ਬੈਕ ਟੂ ਬੈਕ ਅਪੀਅਰੈਂਸ ਫਰੋਮ ਯਾਦ ਪਿਆ ਕੀ ਆਨੇ ਲਗੀ ਐਂਡ ਤੇਰੀ ਆਂਖੋਂ ਮੇਂ ਤੋਂ ਬਾਅਦ ਚਰਚਾ ਦੇ ਵਿੱਚ ਬਣੇ ਹੋਏ ਨੇ ਦਿਵਿਆ ਖੋਸਲਾ ਕੁਮਾਰ ਆਪਣੀ ਪਰਫਾਰਮੈਂਸ ਦੇ ਨਾਲ ਸਾਰਿਆਂ ਦਾ ਦਿਲ ਜਿੱਤ ਰਹੇ ਨੇ ਅਤੇ ਬੇਸ਼ਰਮ ਬੇਵਫਾ ਦੇ ਵਿੱਚ ਵੀ ਉਹਨਾਂ ਨੇ ਫੀਚਰ ਕਰਕੇ ਆਪਣੇ ਫੈਨਸ ਨੂੰ ਖੂਬ ਖੁਸ਼ ਕੀਤਾ ਹੈ ਵੈਲ ਇੱਦਾਂ ਦੀ ਕੋਲੈਬੋਰੇਸ਼ਨਸ ਤਾਂ ਸਾਰਿਆਂ ਦੇ ਦਿਲਾਂ ਨੂੰ ਖੁਸ਼ ਕਰਦੀ ਹੀ ਹੈ ਅਤੇ ਇਸ ਕੋਲੈਬੋਰੇਸ਼ਨ ਦਾ ਸਬਬ ਕਿਵੇਂ ਬਣਿਆ ਸੀ ਇਹ ਤੁਸੀਂ ਜਾਣੋ ਦਿਵਿਆ ਖੋਸਲਾ ਕੁਮਾਰ ਤੋਂ ਜਿਨ੍ਹਾਂ ਨੇ ਆਪਣੇ ਇੱਕ ਰੀਸੈਂਟ ਇੰਟਰਵਿਊ ਦੇ ਵਿੱਚ ਕਿਹਾ ਹੈ ਜਬ ਯਾਦ ਪਿਆ ਕਿ ਆਨੇ ਲੱਗੀ ਆਇਆ ਥਾ ਤੋ ਯਾਦ ਪਿਆ ਕਿ ਆਨੇ ਲੱਗੀ ਕਿ ਲਿਰਿਕਸ ਜਾਨੀ ਨੇ ਲਿਖੇ ਥੇ ਔਰ ਮੈਂ ਬਹੁਤ ਬੜੀ ਫੈਨ ਹੂੰ ਜਾਨੀ ਕੀ ਬਹੁਤ ਹੀ ਖੂਬਸੂਰਤ ਰਾਈਟਿੰਗ ਕਰਤੇ ਹੈ ਤੋ ਜਾਨੀ ਔਰ ਮੈਂ ਡਿਸੰਬਰ ਸੇ ਯੇ ਲਾਸਟ ਇਅਰ ਡਿਸੰਬਰ ਮੈਂ ਹਮਨੇ ਬਾਤ ਕੀ ਥੀ ਕਿ ਹਮ ਸਾਥ ਮੇਂ ਕੋਲੈਬੋਰੇਟ ਕਰਕੇ ਗਾਣਾ ਕਰਤੇ ਹੈ ਤੋ ਤਬ ਸੇ ਯੇ ਬਾਤ ਚੱਲ ਰਹੀ ਹੈ ਐਂਡ ਫਾਈਨਲੀ ਜੁਲਾਈ ਤੱਕ ਆਤੇ ਆਤੇ ਗਾਣਾ ਰੈਡੀ ਹੁਆ ਬਹੁਤ ਮਿਹਨਤ ਗਈ ਗਾਣੇ ਕੇ ਪਿੱਛੇ ਐਂਡ ਬੀ ਪ੍ਰਾਕ ਗਾਣੇ ਗਾਣੇ ਚਾਹੀਏ ਤੋ ਆਈ ਓਨਲੀ ਟੋਲਡ ਜਾਨੀ ਕਿ ਯੂ ਨੋ ਵੀ ਸ਼ੁੱਡ ਗੈਟ ਬੀ ਪ੍ਰਾਕ ਔਨ ਬੋਰਡ ਫੋਰ ਦਿਸ ਸੌਂਗ ਬਿਕੋਜ਼ ਹੀ ਵੁੱਡ ਡੂ ਟੂ ਮਚ ਜਸਟਿਸ ਟੂ ਦਿਸ ਸੌਂਗ ਬਿਕੋਜ਼ ਜੈਸਾ ਸੌਂਗ ਹੈ ਮਤਲਬ ਉਹ ਇੱਕ ਅਲੱਗ ਚਾਰ ਚਾਂਦ ਲਗਾ ਦੇਗੇ ਔਰ ਜਾਨੀ ਔਰ ਬੀ ਪ੍ਰਾਕ ਦੋਨੋਂ ਬਹੁਤ ਸੁਪਰ ਟੈਲੈਂਟਡ ਹੈ ਐਂਡ ਦੈਟਸ ਹਾਊ ਦ ਹੋਲ ਕੋਲੈਬੋਰੇਸ਼ਨ ਹੈਪਨਡ ਇਹ ਤਾਂ ਕਹਿਣਾ ਸੀ ਦਿਵਿਆ ਖੋਸਲਾ ਕੁਮਾਰ ਦਾ ਇਸ ਸੌਂਗ ਦੀ ਕੋਲੈਬੋਰੇਸ਼ਨ ਦੇ ਬਾਰੇ ਹੁਣ ਵਾਰੀ ਤੁਹਾਡੀ ਹੈ ਕਿ ਤੁਸੀਂ ਵੀ ਇਹ ਸੌਂਗ ਸੁਣੋ ਅਤੇ ਕਮੈਂਟ ਸੈਕਸ਼ਨ ਵਿੱਚ ਸਾਨੂੰ ਇਹ ਦੱਸਿਓ ਕਿ ਤੁਹਾਨੂੰ ਇਹ ਕੋਲੈਬੋਰੇਸ਼ਨ ਅਤੇ ਇਹ ਸੌਂਗ ਕਿਵੇਂ ਦਾ ਲੱਗਾ ਹੈ ਇਸ ਤਰ੍ਹਾਂ ਦੀ ਹੋਰ ਐਂਟਰਟੇਨਿੰਗ ਅਪਡੇਟਸ ਜਾਣਨ ਦੇ ਲਈ ਤੁਸੀਂ ਦੇਖਦੇ ਰਹੋ ਜੀ ਪੰਜਾਬੀ ਬਾਕਸ ਸਤਿ ਸ਼੍ਰੀ ਅਕਾਲ